ਦੁਨੀਆ ਦੇ ਕਿਸੇ ਵੀ ਦੇਸ਼ ਦੀ ਧਰਤੀ ਤੇ ਜਦ ਕੋਈ ਵਿਅਕਤੀ ਆਪਣਾ ਕਦਮ ਰੱਖਦਾ ਹੈ ਤਾਂ ਉਹ ਆਪਣੇ ਨਾਲ ਇੱਕ ਵੱਡੀ ਜ਼ਿੰਮੇਵਾਰੀ ਲੈ ਕੇ ਉੱਥੇ ਪਹੁੰਚਦਾ ਹੈ। ਉਹ ਉਸ ਦੇਸ਼ ਦੇ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਰਿਹਾ ਹੁੰਦਾ ਹੈ। ਉਸ ਵਿਅਕਤੀ ਦੇ ਬੋਲਚਾਲ, ਰਹਿਣ ਸਹਿਣ, ਉਸਦੇ ਆਚਰਣ ਤੋਂ ਉਸਦੇ ਦੇਸ਼ ਦੇ ਕਲਚਰ ਦੀ ਝਲਕ ਮਿਲਦੀ ਹੈ। ਉਹ ਜਿਸ ਤਰ੍ਹਾਂ ਦਾ ਵੀ ਆਚਰਣ ਕਰਦਾ ਹੈ ਉਸ ਨਾਲ ਉਸਦੇ ਅਤੇ ਉਸਦੇ ਦੇਸ਼ ਦੀ ਚੰਗੀ ਜਾਂ ਮਾੜੀ ਛਵੀ ਸਾਹਮਣੇ ਆਉਂਦੀ ਹੈ। ਅੱਜ ਸ਼ਾਇਦ ਹੀ ਦੁਨੀਆ ਦਾ ਕੋਈ ਕੋਨਾ ਹੋਵੇਗਾ ਜਿੱਥੇ ਪੰਜਾਬੀਆਂ ਨੇ ਆਪਣੀ ਪਹੁੰਚ ਨਾ ਬਣਾਈ ਹੋਵੇ। ਪੰਜਾਬੀਆਂ ਨੇ ਸਿਰਫ ਆਪਣੀ ਪਹੁੰਚ ਹੀ ਨਹੀਂ ਬਣਾਈ ਬਲਕਿ ਆਪਣੀ ਮਿਹਨਤ, ਲਗਨ ਤੇ ਮਿਲਨਸਾਰ ਸੁਭਾਅ ਦੇ ਨਾਲ ਆਪਣੇ ਦੇਸ਼ ਦਾ ਨਾਂ ਵੀ ਉਜਵਲ ਕੀਤਾ ਹੈ। ਆਪਣੀ ਜਿੰਦਾ ਦਿਲੀ ਨਾਲ ਅੱਜ ਪੰਜਾਬੀਅਤ ਪੂਰੀ ਦੁਨੀਆ ਦੇ ਦਿਲਾਂ ਦੇ ਵਿੱਚ ਰਾਜ ਕਰ ਰਹੀ ਹੈ। ਪੰਜਾਬ 'ਚ ਵੱਸਦੇ ਪੰਜਾਬੀ ਜਾਂ ਦੂਰ ਕਿਸੇ ਦੇਸ਼ ਵਿੱਚ ਮਿਹਨਤ ਕਰ ਰਹੇ ਪੰਜਾਬੀਆਂ ਦਾ ਸਿਰਫ ਤੋਂ ਸਿਰਫ ਇੱਕੋ ਮੰਤਵ ਹੈ, ਆਪਣੇ ਘਰ ਪਰਿਵਾਰ ਅਤੇ ਆਪਣੇ ਸੋਹਣੇ ਪੰਜਾਬ ਦੀ ਖੁਸ਼ਹਾਲੀ। ਅੱਜ ਇਸੇ ਜਜ਼ਬੇ ਨਾਲ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਪੰਜਾਬ ਦੇ ਉੱਘੇ ਵਿਚਾਰਕ ਸਰਦਾਰ ਕੁਲਬੀਰ ਸਿੰਘ ਪੁਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਤੇ ਪੰਜਾਬੀਅਤ ਪਹਿਲਾਂ ਨਾਲੋਂ ਵੀ ਕਿਤੇ ਵੱਧ ਖੁਸ਼ਹਾਲੀ ਦੀ ਲਹਿਰ ਤੇ ਸਵਾਰ ਹੈ। ਇਹ ਜਿਹੜਾ ਭਾਈਚਾਰੇ ਦਾ ਜਿਹੜਾ ਮੈਸੇਜ ਹੈਗਾ ਇਹ ਹਰ ਬੰਦੇ ਨੂੰ ਫੋਲੋ ਕਰਨਾ ਚਾਹੀਦਾ ਅਤੇ ਹਰ ਬੰਦੇ ਨੂੰ ਉਹਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਹੀ ਸਿੱਖ ਧਰਮ ਸਿਖਾਉਂਦਾ ਔਰ ਇਹੀ ਜਿਹੜੀ ਹੈ ਸਾਡੀ ਰਹਿਣੀ ਅਤੇ ਕਹਿਣੀ 'ਚ ਹੋਣੀ ਚਾਹੀਦੀ ਹੈ। ਸੋ ਜੇ ਲੋਕ ਕਹਿੰਦੇ ਨੇ ਕਿ ਜੀ ਅਮਨ ਨਾ ਹੋਏ, ਇਹ ਫਿਰ ਉਹ ਗਲਤ ਰਸਤੇ 'ਤੇ ਚੱਲੇ ਹੋਏ ਨੇ ਅਤੇ ਉਹਨਾਂ ਨੂੰ ਇੱਕ ਵਾਰੀ ਫਿਰ ਸੋਚ ਕੇ ਅਮਨ ਦੇ ਰਸਤੇ 'ਤੇ ਆ ਕੇ ਭਰਾ ਭਰਾ ਬਣ ਕੇ ਰਹਿਣ ਦਾ ਰਸਤਾ ਢੂੰਡਣਾ ਚਾਹੀਦਾ। ਭਾਈ ਸਾਹਿਬ, ਖਾਲਸਾ ਜਿਹੜਾ ਹੈ ਉਹ ਖਾਲਸ ਹੈ। ਜਿੱਥੇ ਵੀ ਦੁਨੀਆ ਵਿੱਚ ਖਾਲਸ ਬੈਠਾ ਹੈ ਉਹ ਖਾਲਿਸਤਾਨ ਦਾ ਮਾਲਿਕ ਹੈ। ਇਹ ਜਗ੍ਹਾ ਦਾ ਨਹੀਂ ਹਿੱਸਾ ਕਿ ਇੱਕ ਛੋਟੇ ਜਿਹੇ, ਇਹ ਇੱਕ ਕੌਂਸ਼ੀਅਸਨੈਸ ਹੈਗੀ। ਖਾਲਸਾ ਜਿਹੜੀ ਕੌਂਸ਼ੀਅਸਨੈਸ ਹੈ, ਇੱਕ ਅਵੇਅਰਨੈਸ ਹੈਗੀ, ਇੱਕ ਸਮਝਣ ਦੀ ਚੀਜ਼ ਹੈਗੀ। ਅੰਦਰ ਸੱਚਤਾ ਹੈਗੀ, ਬਾਹਰ ਆਏਗੀ। ਅੰਦਰ ਜੇ ਲਾਈਟ ਹੈ ਬਾਹਰ ਆਏਗੀ, ਦੁਨੀਆ 'ਤੇ ਪ੍ਰਕਾਸ਼ ਹੋਏਗਾ ਇਸ ਚੀਜ਼ ਦਾ। ਖਾਲਿਸਤਾਨ ਨੂੰ ਜੇ ਅਸੀਂ ਇੰਨੀ ਲਿਮਿਟਿਡ ਚੀਜ਼ ਰੱਖ ਦਾਂਗੇ ਤਾਂ ਅਸੀਂ ਬਹੁਤ ਛੋਟੀ ਸੋਚ ਦੇ ਮਾਲਕ ਹਾਂ। ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਸੋਚ ਨੂੰ ਉੱਚਾ ਕਰਨ, ਗੁਰੂ ਸਾਹਿਬ ਦਾ ਮੈਸੇਜ ਸਾਰੀ ਦੁਨੀਆ 'ਚ ਫੈਲਾਉਣ ਅਤੇ ਖਾਲਸ ਜੀਵਨ ਅਤੇ ਖਾਲਸ ਸੋਚ ਦੇ ਮਾਲਿਕ ਬਣਨ ਅਤੇ ਗੁਰੂ ਦੇ ਚਲੇ ਹੋਏ ਰਸਤਿਆਂ, ਦੱਸੇ ਹੋਏ ਰਸਤਿਆਂ 'ਤੇ ਚੱਲਣ। ਸੋ ਇਹੀ ਖਾਲਿਸਤਾਨ ਦਾ ਇੱਕ ਨਾਰਾ ਹੈਗਾ ਕਿ ਸੱਚੀ ਸੋਚ ਔਰ ਸੱਚਾ ਜੀਵਨ। ਹਰ ਪੰਜਾਬੀ ਪੰਜਾਬ ਦੀ ਖੈਰੀਅਤ ਲਈ ਸੋਚਮੰਦ ਹੀ ਨਹੀਂ ਬਲਕਿ ਲਗਾਤਾਰ ਉਸ ਲਈ ਮਿਹਨਤ ਵੀ ਕਰ ਰਿਹਾ ਹੈ। ਸਿੱਖ ਧਰਮ ਦੀ ਸਥਾਪਨਾ ਮਨੁੱਖਤਾ ਦੀ ਸੇਵਾ, ਸੱਚ ਦੀ ਸੰਭਾਲ ਤੇ ਰਖਵਾਲੀ ਲਈ ਹੋਈ ਸੀ। ਸਿੱਖ ਧਰਮ ਦੇ ਸੰਸਥਾਪਕ ਦਸਾਂ ਗੁਰੂਆਂ ਨੇ ਆਪਣਾ ਜੀਵਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਨਵਤਾ ਦੀ ਸੇਵਾ ਸੰਭਾਲ ਦੇ ਵਿੱਚ ਅਰਪਣ ਕਰ ਦਿੱਤਾ। ਸਮਾਜ ਵਿੱਚ ਫੈਲੇ ਅੰਧਵਿਸ਼ਵਾਸ ਤੇ ਕੁਰੀਤੀਆਂ ਨੂੰ ਦੂਰ ਕਰਦਿਆਂ ਜੀਵਨ ਨੂੰ ਸੱਚਾ ਸੁੱਚਾ ਜੀਉਣ ਲਈ ਪ੍ਰੇਰਿਤ ਕੀਤਾ। ਲੋਕਾਂ ਨੂੰ ਕਰਮ ਤੇ ਫਰਜ਼ ਪ੍ਰਤੀ ਜਾਗਰੂਕ ਕੀਤਾ ਤੇ ਲੋੜ ਪੈਣ ਤੇ ਜਬਰ ਤੇ ਜ਼ੁਲਮ ਦੇ ਅੱਗੇ ਨਾ ਝੁਕਦਿਆਂ ਹੋਇਆ ਮਾਨਵਤਾ ਦੇ ਹੱਕ ਦੇ ਵਿੱਚ ਖੁਦ ਨੂੰ ਕੁਰਬਾਨ ਕਰ ਦਿੱਤਾ। ਦਸਾਂ ਗੁਰੂਆਂ ਦੇ ਜੀਵਨ ਸੰਦੇਸ਼ ਨੂੰ ਆਪਣੇ ਵਿੱਚ ਉਤਾਰ ਕੇ ਅੱਜ ਸਿੱਖ ਧਰਮ ਉਹੀ ਮਹਾਨ ਲੀਹ ਤੇ ਚੱਲ ਰਿਹਾ ਹੈ। ਸਿੱਖ ਕੌਮ ਹਮੇਸ਼ਾ ਤੋਂ ਹੀ ਇੱਕ ਮਹਾਨ ਮਾਰਸ਼ਲ ਕੌਮ ਮੰਨੀ ਗਈ ਹੈ। ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹੋਰਾਂ ਨੇ ਸਿੰਘਾਂ ਨੂੰ ਜੰਗਾਂ ਦੇ ਲਈ ਤਿਆਰ ਬਰ ਤਿਆਰ ਰਹਿਣ ਦੇ ਲਈ ਇੱਕ ਨਵੀਂ ਤਰ੍ਹਾਂ ਦੀ ਯੁੱਧ ਵਿੱਦਿਆ ਤਿਆਰ ਕੀਤੀ ਜਿਸ ਨੂੰ ਅੱਜ ਵੀ ਗੱਤਕਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਸਰ, ਜਿਹੜਾ ਗੱਤਕਾ ਹੈ ਜੀ, ਇਹ ਬਹੁਤ ਹੀ ਪੁਰਾਤਨ ਵਿਰਾਸਤ ਹੈ ਸਾਡੀ, ਜੋ ਕਿ ਗੁਰੂ ਸਾਹਿਬ ਵੱਲੋਂ ਬਖਸ਼ੀ ਗਈ ਹੈ। ਪੁਰਾਤਨ ਸਮੇਂ ਦੇ ਵਿੱਚ ਜ਼ੁਲਮ ਤੋਂ ਰਾਹਤ ਪਾਉਣ ਲਈ, ਲੋਕਾਂ ਨੂੰ ਜ਼ੁਲਮ ਤੋਂ ਰਹਿਤ ਕਰਨ ਲਈ ਗੱਤਕੇ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਹੈ ਅਖਾੜੇ। ਅਖਾੜੇ ਸ਼ੁਰੂ ਕਰਨ 'ਤੇ ਉਹਨਾਂ ਨੇ ਸਿੰਘਾਂ ਨੂੰ ਇਕੱਠਿਆਂ ਕੀਤਾ, ਉਹਨਾਂ ਦੇ ਵਿੱਚ ਜਜ਼ਬਾ ਭਰਿਆ, ਉਹਨਾਂ ਦੇ ਅੰਦਰ ਜਜ਼ਬਾ ਭਰ ਕੇ ਉਹਨਾਂ ਨੂੰ ਸ਼ਸਤਰ ਫੜਾ ਕੇ ਜ਼ੁਲਮ ਦੇ ਖਿਲਾਫ ਲੜਨ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਉਹ ਲੜੀਆਂ ਗਈਆਂ। ਗੁਰੂ ਸਾਹਿਬ ਨੇ ਸਿੰਘਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣ ਦੇ ਲਈ ਇਸ ਵਿੱਦਿਆ ਦੀ ਘਾਟ ਕੱਢੀ ਸੀ। ਗੱਤਕਾ ਇੱਕ ਤਰ੍ਹਾਂ ਦਾ ਮਾਰਸ਼ਲ ਆਰਟ ਹੀ ਹੈ ਜਿਸ ਦੇ ਵਿੱਚ ਸਰੀਰਕ ਦਮਖਮ ਦੇ ਨਾਲ ਨਾਲ ਮਾਨਸਿਕ ਮਜ਼ਬੂਤੀ ਤੇ ਪੂਰਾ ਜ਼ੋਰ ਦਿੱਤਾ ਜਾਂਦਾ ਹੈ। ਗੱਤਕਾ ਦੀ ਤਿਆਰੀ ਲਈ ਜ਼ਰੂਰੀ ਖਾਸ ਤਰ੍ਹਾਂ ਦੇ ਸ਼ਸਤਰ ਤੇ ਵਸਤਰ ਧਾਰਨ ਕੀਤੇ ਜਾਂਦੇ ਹਨ ਜਿਨ੍ਹਾਂ 'ਚੋਂ ਪ੍ਰਮੁੱਖ ਹਨ
कृपान, कटार, टाल, बाना, दुमाला, कमरकसा, कछहरा ते चोला। गतका विच सब तो पहला शस्त्रां दी पूजा कीती जांदी है। उन्हां नूं इंसान दे जीवन दा अभिन्न अंग मन्या जांदा है। गतका विच हर तरह दे शस्त्र चलाउण दे विच इंसान नूं पूरी तरह निपुण कीता जांदा है। कठन अभ्यास ते प्रैक्टिस दे नाल दिमागी तौर ते इन्ना मजबूत बनाया जांदा है कि जंग दे मैदान दे विच किसे भी तरह दे हालात दे विच तुरंत फैसला लै सके ते फतेह हासिल करदिया होया दुश्मन दे छक्के छुड़ा सके। अज दे समाजिक माहौल दे विच गतका लड़कियां लई भी बड़ा लाहेवंद है। लड़कियां वास्ते गतका सीखना जरूरी है। ये अपनी सेल्फ डिफेंस वास्ते भी आ, नाले अपनी अपनी भी रक्षा कर सकदे, नाले दूसरियां दी भी कर सकदे आ। ये अज तक आ गेम अखाड़े विच ही खेडी जांदी सी, हुण डिस्ट्रिक्ट स्टेट नैशनल लेवल ते भी खेडी जांदी है, जो कि साडे अग्गे जाके भी कम आ सकदी है। इस दे विच पूरी तरह निपुण होईयां लड़कियां सेल्फ डिफेंस दे तौर ते इस दी वरतों कर सकदियां हन। गतका शरीरिक तौर ते फिट रहने दे लई इक वधिया साधन भी है।